ਫਿਲੌਰਪੁਰ ਨਜ਼ਦੀਕ ਪਿੰਡ ਸ਼ਾਹਪੁਰ ਵਿਖੇ ਪਿਛਲੇ ਦਿਨੀ ਇੱਕ ਹਨੀ ਨਾਮੀ ਨਾਬਾਲਗ ਲੜਕੇ ਨੂੰ ਉਸਦੇ ਹੀ ਪਿੰਡ ਦੇ ਦੋਸਤਾਂ ਨੇ ਕਤਲ ਕਰ ਦਿੱਤਾ ਸੀ। ਇਹ ਕਤਲ ਪ੍ਰੇਮ ਪ੍ਰਸੰਗਾਂ ਦੇ ਚੱਲਦੇ ਹੋਇਆ ਸੀ ਅਤੇ ਜਿਸ ਲੜਕੀ ਦੇ ਕਹਿਣ 'ਤੇ ਇਹ ਕਤਲ ਹੋਇਆ ਸੀ ਉਸਨੂੰ ਅਜੇ ਤੱਕ ਸਿਵਲ ਹਸਪਤਾਲ ਹੀ ਰੱਖਿਆ ਹੋਇਆ ਸੀ ਅਤੇ ਉਸਨੂੰ ਪੁਲਿਸ ਪ੍ਰਸ਼ਾਸਨ ਜੇਲ੍ਹ ਨਹੀਂ ਭੇਜ ਰਹੀ ਸੀ। ਇੱਕ ਮੁੰਡੇ ਦਾ ਕਤਲ ਹੋ ਗਿਆ ਸੀ ਪਿਛਲੇ ਦਿਨੀ, ਉਹਦੇ ਸੰਬੰਧ ਵਿੱਚ ਦੋਸ਼ੀ ਪਕੜੇ ਗਏ ਸੀ। ਉਹ ਪਰ ਦੋਸ਼ੀ ਸੀਗੇ ਤਿੰਨ, ਦੋ ਮੁੰਡੇ ਸੀ, ਮੁੰਡਿਆਂ ਦੀ ਗ੍ਰਿਫਤਾਰੀ ਪਾ ਲਈ ਸੀ, ਕੁੜੀ ਦੀ ਗ੍ਰਿਫਤਾਰੀ ਨਹੀਂ ਸੀ ਪਾ ਰਿਹਾ ਪ੍ਰਸ਼ਾਸਨ। ਹੋ ਸਕਦਾ ਉਹਨਾਂ 'ਤੇ ਕੋਈ ਸਿਆਸੀ ਦਬਾਅ ਹੋ ਸਕਦਾ, ਇਸ ਕਰਕੇ ਅੱਜ ਸਾਨੂੰ ਪਤਾ ਲੱਗਾ ਵੀ ਉਸ ਲੜਕੀ ਦੀ ਜਿਹਦੇ ਕਾਰਨ ਕਤਲ ਹੋਇਆ ਸੀ ਉਹਦੀ ਗ੍ਰਿਫਤਾਰੀ ਨਹੀਂ ਪਾਈ, ਤਾਂ ਅਸੀਂ ਇਹ ਧਰਨਾ ਦਿੱਤਾ ਸੀ। ਕਾਂਤੀ ਮੋਹਨ ਜੀ ਕੀ ਸੀ ਜਿਹੜੇ ਉੱਥੇ ਸ਼ਾਹਪੁਰ 'ਤੇ ਜਿਹੜੇ ਆਪਣੇ ਉਹ ਬੱਚੇ ਜਿਹੜੇ ਮੁੰਡੇ ਨੂੰ ਮਾਰਿਆ, ਬੱਚੇ ਨੂੰ ਉਹ ਜਿਹੜੇ ਅਰੈਸਟ ਪੜੇ, ਜਿਹੜੇ ਨਾਲ ਲੇਡੀਜ਼ ਹੈ, ਲੜਕੀ ਹੈ 14.5 ਸਾਲਾਂ ਦੀ, ਉਹਨੂੰ ਮੇਰੇ SHO ਜਿਹੜਾ ਉਹਦੀ ਅਰੈਸਟ ਪਾ ਲਈ ਹੈ ਜੀ, ਉਹਨੂੰ ਪੇਸ਼ ਕਰਨ ਉੱਥੇ ਲੈ ਗਏ ਜੀ ਆਪਣਾ ਜਲੰਧਰ। ਪਹਿਲਾਂ ਕਦੇ ਨਹੀਂ ਅਰੈਸਟ ਪਾਈ ਸੀ? ਪਹਿਲਾਂ ਜੀ ਉਹ ਬਿਮਾਰ ਸੀ ਹੋਸਪਿਟਲ। ਫਿਲੌਰ ਤੋਂ ਪ੍ਰਦੀਪ ਰਾਜਾ ਦੀ ਰਿਪੋਰਟ, ਚੈਨਲ 2।